ਸਤਿ ਸ਼੍ਰੀ ਅਕਾਲ ਵੈਲਕਮ ਹੈ ਤੁਹਾਡਾ ਮੀਤ ਐਂਡ ਪ੍ਰੀਤ ਵਲੋਗਸ 'ਤੇ ਸਾਰਿਆਂ ਨੂੰ ਹੈਪੀ ਦੀਵਾਲੀ ਅੱਜ ਹੈ ਦੀਵਾਲੀ ਇਹ ਵਲੋਗ ਸ਼ਾਇਦ ਦੀਵਾਲੀ ਤੋਂ ਅਗਲੇ ਦਿਨ ਪਊਗਾ ਅਤੇ ਆਈ ਹੋਪ ਸਾਰੇ ਠੀਕ ਠਾਕ ਹੋਣਗੇ ਸਭ ਆਪਣੀ ਦੀਵਾਲੀ ਨੂੰ ਮਤਲਬ ਖਾਸ ਤਰੀਕੇ ਨਾਲ ਮਨਾਓਗੇ ਸਾਰਿਆਂ ਦੇ ਅਲੱਗ ਅਲੱਗ ਰੀਤੀ ਰਿਵਾਜ਼ ਹੁੰਦੇ ਨੇ ਅਤੇ ਸਾਡੇ ਮੇਰੇ ਪੇਕੇ ਥੋੜ੍ਹੇ ਜਿਹੇ ਕੁਛ ਹੋਰ ਨੇ ਅਤੇ ਇਹਨਾਂ ਦੇ ਕੁਛ ਹੋਰ ਨੇ ਇਸ ਕਰਕੇ ਮੈਂ ਵਲੋਗ 'ਚ ਤੁਹਾਨੂੰ ਸਾਰਾ ਕੁਛ ਦਿਖਾਊਂਗੀ ਪਹਿਲਾਂ ਅਸੀਂ ਗਏ ਸੀ ਗੁਰੂ ਘਰ ਅਸੀਂ ਕਲਿੱਪ ਨਹੀਂ ਲਈ ਹੈਗੀ ਮੱਥਾ ਮੁੱਥਾ ਟੇਕ ਕੇ ਆਏ ਹਾਂ ਅਤੇ ਉਸ ਤੋਂ ਬਾਅਦ ਹੁਣ ਮੈਂ ਥੋੜ੍ਹੀ ਜਿਹੀ ਕਰਨ ਲੱਗੀ ਸੀਗੀ ਡੈਕੋਰੇਸ਼ਨ ਵਗੈਰਾ ਅਤੇ ਸਨੀ ਕਿਤੇ ਗਏ ਨੇ ਕੰਮ ਉਹ ਮਿਲਣਗੇ ਤੁਹਾਨੂੰ ਸ਼ਾਮ ਨੂੰ ਵਲੋਗ 'ਚ ਹਲੇ ਨਹੀਂ ਮਿਲਣਗੇ ਉਹ ਅਤੇ ਆਪਾਂ ਲੱਗੇ ਹਾਂ ਵਲੋਗ ਦੀ ਸਟਾਰਟਿੰਗ ਕਰਨ ਆਓ ਜੀ ਤੁਹਾਨੂੰ ਮਿਲਦੇ ਹਾਂ ਮੈਂ ਜੋ ਜੋ ਕਰੂੰਗੀ ਤੁਹਾਨੂੰ ਸਾਰਾ ਕੁਛ ਦਿਖਾਊਂਗੀ ਡੈਕੋਰੇਸ਼ਨ ਵਗੈਰਾ ਕਿੱਦਾਂ ਕਰਦੇ ਹਾਂ ਸਾਰਾ ਕੁਛ ਦਿਖਾਉਂਦੀ ਹਾਂ ਆਓ ਚਲੋ ਮਿਲਦੇ ਹਾਂ ਅੱਗੇ ਜਾ ਕੇ ਮੈਂ ਫਲਾ ਲਏ ਸੀਗੇ ਬੈਲੂਨ ਅਤੇ ਆਹ ਸੀਗੀਆਂ ਲੜੀਆਂ ਮੈਂ ਲੱਗੀ ਹਾਂ ਡੈਕੋਰੇਸ਼ਨ ਕਰਨ ਤੁਹਾਨੂੰ ਕਰਕੇ ਫਿਰ ਦਿਖਾਉਂਦੀ ਹਾਂ ਆ ਲਓ ਜੀ ਦੇਖੋ ਫਾਈਨਲ ਲੁੱਕ ਮੈਂ ਕਰਤੀ ਡੈਕੋਰੇਸ਼ਨ ਅਤੇ ਉਸ ਤੋਂ ਬਾਅਦ ਤੁਹਾਨੂੰ ਮਿਲਾਂਗੇ ਅੱਗੇ ਜਿਵੇਂ ਜਿਵੇਂ ਜਿਹੜਾ ਜਿਹੜਾ ਸਮਾਨ ਰੱਖਾਂਗੇ ਉਹਦੇ ਉਵੇਂ ਉਵੇਂ ਤੁਹਾਨੂੰ ਦਿਖਾਊਂਗੀ ਅਤੇ ਬਾਕੀ ਸਨੀ ਵੀ ਆ ਜਾਣਗੇ ਥੋੜ੍ਹੇ ਟਾਈਮ ਤੱਕ ਸਨੀ ਵੀ ਤੁਹਾਨੂੰ ਵਲੋਗ 'ਚ ਮਿਲਣਗੇ ਇਹ ਕੀਤੀ ਹੈ ਮੈਂ ਡੈਕੋਰੇਸ਼ਨ ਇੱਥੇ ਅਸੀਂ ਟੇਕਣਾ ਮੱਥਾ ਅਤੇ ਬੈਲੂਨਸ ਲਾਏ ਨੇ ਥੋੜ੍ਹੀਆਂ ਜਿਹੀਆਂ ਲੜੀਆਂ ਲਾਈਆਂ ਨੇ ਵਿੱਚ ਲਾ ਤੀਆਂ ਲਾਈਟਾਂ ਅਤੇ ਆਹ ਕੀਤੀ ਹੈ ਮੈਂ ਦੇਖੋ ਕਿੰਨੀ ਸੋਹਣੀ ਚਲੋ ਲਾਓ ਲਾਓ ਚਾਰ ਲਓ ਬਈ ਇੱਧਰੋਂ ਆ ਗਏ ਸੀਗੇ ਆਪਾਂ ਬਾਰੇ ਬਾਕੀ ਬਾਈ ਮੈਂ ਹੁਣ ਮੈਂ ਦੇਖ ਕੇ ਅੰਦਰੋਂ ਤਾਰਦਾ ਸੀ ਰੁਮਾਲ ਮੈਂ ਰੁਮਾਲ ਨਾ ਘਰੇ ਭੁੱਲ ਆਇਆ ਸੀਗਾ ਤਾਂ ਕਰਕੇ ਬਾਕੀ ਲੱਗਿਆ ਮੋਮਬੱਤੀ ਲਾਉਣ ਚਲੋ ਧੋਤੀ ਕੱਲੀਏ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਚੱਲੇ ਮੰਦਰ ਤੇ ਨਾਲ ਇੱਕ ਖੇੜਾ ਮੱਥਾ ਟੇਕਣਾ ਖੇੜਾ ਸਾਹਿਬ ਚਲੋ ਹਾਂ ਇੱਧਰ ਵੀ ਇੱਧਰ ਵੀ ਬਾਈ ਮੱਥਾ ਟੇਕ ਲਈਏ ਯਾਰ ਦੋਨੇ ਸੋਤੇ ਹਾਂ ਚਾਚੂ ਸੋਤਾ ਚਾਚੀ ਵੀ ਸੋਤੀ ਇੱਕ ਆਪਾਂ ਲਾਵਾਂਗੇ ਸਕੂਲ ਤੇ ਇਹ ਵੀ ਬਾਈ ਜ਼ਰੂਰੀ ਆ ਹਨਾ ਲਓ ਇਹ ਇੱਕ ਮੋਮਬੱਤੀ ਲਾਵਾਂਗੇ ਆਪਾਂ ਮੰਦਰ 'ਚ ਅਤੇ ਇਹ ਆਪਣਾ ਮੰਦਰ ਚਲੋ 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 ਹੁਣ ਟੇਕ ਰਿਹਾ ਮੱਥਾ ਖੇੜੇ ਬਾਬੇ ਦੇ ਮੱਥਾ ਟੇਕ ਲਈਏ ਬਾਕੀ ਦੀਵਾਲੀ ਵਾਲਾ ਮਾਹੌਲ ਚੱਲ ਬਾਈ ਪੂਰਾ ਬਣਿਆ ਹੋਇਆ ਅਤੇ ਲੱਗੇ ਹੁਣ ਆਪਾਂ ਆਪਣੇ ਘਰ ਦੇ ਪ੍ਰਦੀਵੇ ਰੱਖਣ ਰੱਖਦੇ ਬਾਈ ਦੀਵੇ ਆਪਣੇ ਪਿੰਡ ਆਏ ਹੋਏ ਹਾਂ ਬਾਈ ਅਸੀਂ ਬਨੂੜ ਅਤੇ ਉੱਥੇ ਵੀ ਆਪਾਂ ਮਤਲਬ ਮੱਥਾ ਟੇਕ ਲਿਆ ਸੀ ਨਾ ਬਾਈ ਕੱਲ੍ਹ ਸੋਰੀ ਮੈਂ ਵਲੋਗਾਂ 'ਚ ਨਹੀਂ ਆ ਰਿਹਾ ਬਾਈ ਕੁਛ ਰੀਜ਼ਨ ਹੀ ਇਹੋ ਜਿਹਾ ਸੀ ਕਿ ਵਲੋਗ ਨਹੀਂ ਬਣਾ ਸਕੇ ਬਾਕੀ ਤੁਸੀਂ ਦੇਖੀ ਜਾਓ ਹੁਣ ਆਪਾਂ ਬਨੂੜ ਆਏ ਹਾਂ ਅਤੇ ਬਾਕੀ ਲੱਗੇ ਹਾਂ ਬਾਈ ਦੀਵੇ ਲਾਉਣ ਫਟਾਫਟ ਲਾ ਦਿੰਦੇ ਟਾਈਮ ਹੀ ਲਾਈਦਾ ਹੁੰਦਾ ਚੱਲ ਟੇਕ ਮੱਥਾ ਟੇਕ ਆਪਾਂ ਦੋਵੇਂ ਟੇਕੋਗੇ ਚੱਲ ਇੱਧਰ ਆ ਮੇਰੇ ਗੱਲ ਚਲ ਆ ਜਾ ਅਸੀਂ ਆ ਗਏ ਸੀਗੇ ਆਪਣੇ ਘਰੇ ਅਤੇ ਅਸੀਂ ਉਰੇ ਆ ਕੇ ਰਾਜਪੁਰੇ ਵੀ ਆ ਕੇ ਆਪਣੇ ਮਤਲਬ ਸ਼ੋਟ ਵਗੈਰਾ ਪਟਾਕੇ ਸਾਰੇ ਕਲਿਪਸ ਕਰ ਲਈਆਂ ਸ਼ੋਰਟਸ ਵਗੈਰਾ ਆਪਣਾ ਲੈ ਲਏ ਤੁਹਾਨੂੰ ਹੁਣ ਸਾਰੇ ਆਪਣੇ ਕਰ ਦੂੰਗੇ ਵਲੋਗ ਦੇ ਵਿੱਚ ਐਡ ਤੁਸੀਂ ਦੇਖਿਓ ਸਾਰਿਆਂ ਨੂੰ ਅਗੇਨ ਹੈਪੀ ਦੀਵਾਲੀ ਸਾਡੀ ਵੀ ਬਹੁਤ ਵਧੀਆ ਮਨਾਈ ਹੈ ਅਸੀਂ ਆਈ ਹੋਪ ਤੁਸੀਂ ਸਾਰਿਆਂ ਨੇ ਵੀ ਬਹੁਤ ਵਧੀਆ ਮਨਾਈ ਹੋਊਗੀ
ਤੇ ਆਪਾਂ ਮਿਲਦੇ ਆ ਕਿਸੇ ਨੈਕਸਟ ਵਲੌਗ ਚ। ਤੇ ਬਾਕੀ ਬਾਬੇ ਉਹ ਦੀਵਾਲੀ ਬੜੀ ਘੈਂਟ ਰਹੀ ਆ, ਹੈਪੀ ਅਗੇਨ ਸਾਰਿਆਂ ਨੂੰ ਹੈਪੀ ਦੀਵਾਲੀ। ਤੇ ਬਾਕੀ ਪੋਲਿਊਸ਼ਨ ਵੀ ਬਈ ਬਹੁਤ ਹੋਇਆ, ਕਹਿਣ ਦੀ ਗੱਲ ਬਈ ਬਹੁਤ ਐ ਮੈਂ ਤਾਂ ਮੰਨਦੇ ਗੱਲ ਬਈ, ਅਸੀਂ ਜਦੋਂ ਗੱਡੀ ਜਾ ਰਹੇ ਸੀ ਤੁਸੀਂ ਯਕੀਨ ਕਰਿਓ ਮੈਂ ਬਾਰ 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 ਵਾਈਪਰ ਯੂਜ਼ ਕਰ ਰਿਹਾ ਸੀ ਕਿਉਂਕਿ ਇੰਨਾ ਕੁ ਜ਼ਿਆਦਾ ਧੂੰਆਂ ਸੀ ਨਾ। ਬਾਕੀ ਯਾਰ ਕੁਛ ਕਹਿ ਨਹੀਂ ਸਕਦੇ ਇਸ ਚੀਜ਼ ਬਾਰੇ, ਸੋ ਕਿਉਂਕਿ ਆਪਾਂ ਵੀ ਚਲਾਏ ਨੇ, ਸੋ ਬਸ ਗੱਲ ਇੱਥੇ ਖਤਮ ਕਰ ਦਿੰਦੇ ਹਾਂ। ਸੋ ਨਵੇਂ ਤਰੀਕੇ ਨਾਲ ਮਿੱਤਰੋ ਦੀਵਾਲੀ ਮਨਾਈ ਗਈ ਆ, ਬਾਕੀ ਤੁਸੀਂ ਵਲੌਗ ਚੈੱਕ ਕਰਿਓ ਮੀਤ ਦੀ ਪਹਿਲੀ ਦੀਵਾਲੀ ਸੀ ਵਿਆਹ ਤੋਂ ਬਾਅਦ, ਅਤੇ ਫੁੱਲ ਇੰਜੋਏ ਕੀਤਾ ਵੀਰ ਬੜਾ ਹੈ ਨਾ, ਉੱਥੇ ਵੀ ਆਪਾਂ ਚਲਾਏ ਸੀਗੇ ਪਟਾਕੇ, ਇੱਥੇ ਵੀ ਚਲਾਏ ਨੇ। ਅਤੇ ਥੈਂਕ ਯੂ ਸੋ ਮਚ, ਮਿਲਦਾ ਕਿਸੇ ਨਵੇਂ ਵਲੌਗ ਟਿਲ ਦੈਨ ਬਾਏ, ਟੇਕ ਕੇਅਰ, ਹੈਵ ਅ ਨਾਈਸ ਡੇ, ਬਾਏ ਬਾਏ ਬਾਏ। ਅਤੇ ਮੈਂ ਇੱਦਾਂ ਕਹਿ ਰਿਹਾ ਸੀ, ਮੈਂ ਕਿਹਾ ਬਾਈ ਥੈਂਕ ਯੂ ਸੋ ਮਚ ਸਾਰੇ ਜਿਹੜੇ ਆਪਣਾ ਵਲੌਗ ਦੇਖਦੇ ਨੇ। ਬਾਕੀ ਮੀਦਾ ਦੀਵਾਲੀ ਤੋਂ ਬਾਅਦ ਪਹਿਲਾ ਮਤਲਬ ਪਹਿਲੀ ਦੀਵਾਲੀ ਸੀ ਵਿਆਹ ਤੋਂ ਬਾਅਦ, ਸੋਰੀ ਮੈਂ ਮਤਲਬ ਮੈਨੂੰ ਪਟਾਕਿਆਂ ਜਿਹੇ ਕਰਕੇ ਨਾ ਸਾਲਾ ਹੋਰ ਤਰ੍ਹਾਂ ਜਿਹਾ ਹੋਇਆ ਪਿਆ, ਗੁੜੁੰਮ ਗੁੜੁੰਮ ਜਿਹਾ ਹਜੇ ਵੀ ਕੰਨਾਂ 'ਚ ਹੋਈ ਜਾ ਰਿਹਾ। ਅਤੇ ਬਾਕੀ ਮਿੱਤਰੋ ਵਲੌਗ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਕੱਲ੍ਹ ਮੋਰਨਿੰਗ 'ਚ, ਅਤੇ ਆਪਾਂ ਵਲੌਗ ਇੱਥੇ ਐਂਡ ਕਰਦੇ। ਬਾਕੀ ਥੈਂਕ ਯੂ ਸੋ ਮਚ ਸਾਰਾ ਦਿਲੋਂ ਚਾਹਣ ਵਾਲਿਆਂ ਦਾ, ਬਾਕੀ ਉਹਨਾਂ ਦਾ ਵੀ ਧੰਨਵਾਦ ਬਾਈ ਜਿਹੜੇ ਮਤਲਬ ਵਲੌਗ ਦੇ ਇੱਕ ਲਾਈਕ ਨਹੀਂ ਕਰਦੇ, ਬਾਈ ਕਰਦਿਆ ਕਰੋ, ਇੱਕ ਲਾਈਕ ਨਾਲ ਕੋਈ ਪੈਸੇ ਨਹੀਂ ਆ ਰਹੇ, ਜਦੋਂ ਆਉਣ ਪੈਸੇ ਆ ਰਹੇ ਨੇ ਮਤਲਬ ਕਿ ਨਹੀਂ ਆ ਰਹੇ ਉਹ ਤੁਹਾਨੂੰ ਬਾਅਦ ਦੀਆਂ ਗੱਲਾਂ ਨੇ, ਹਾਲੇ ਗੋਲ ਗੱਲਾਂ ਗੋਲ ਮੋਲ ਨੇ ਵੀਰ। ਬਾਕੀ ਜਦੋਂ ਤੱਕ ਮਤਲਬ ਇੱਕ ਚੀਜ਼ ਮੈਂ ਕਹਿ ਦਿੰਦਾ ਕਿ ਬਾਈ ਉਹ ਰੱਬ ਦਾ ਮਤਲਬ ਉਹ ਟਾਸਰਾ ਹੋਣਾ ਚਾਹੀਦਾ, ਅਤੇ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈਗੀ, ਡਜ਼ਨ ਨੋਟ ਮੈਟਰ, ਬਾਕੀ ਸਭ ਕੁਛ ਇੱਥੇ ਹੀ ਆ, ਚੰਗਾ ਮਾੜਾ ਸਭ ਕੁਛ ਹੈਗਾ ਯਾਰ, ਡਜ਼ਨ ਨੋਟ ਮੈਟਰ। ਆਪਾਂ ਕਿਸੇ ਨਾਲ ਕੋਈ ਚੰਗੀ ਮਾੜੀ ਗੱਲ ਨਹੀਂ ਕਹਿ ਸਕਦੇ, ਨਾ ਆਪਾਂ ਕਹਿ ਸਕਦੇ, ਨਾ ਆਪਾਂ ਕਹਾਣੀ ਕਿਸੇ ਤੋਂ। ਸੋ ਥੈਂਕ ਯੂ ਸੋ ਮਚ, ਤੁਸੀਂ ਇੰਨਾ ਕੁ ਪਿਆਰ ਕਰਦੇ ਹੋ, ਬਾਕੀ ਸਾਰਿਆਂ ਲਈ ਦਿਲੋਂ ਥੈਂਕ ਯੂ, ਚਾਹਣ ਵਾਲਿਆਂ ਵਾਸਤੇ, ਨਾ ਚਾਹਣ ਵਾਲਿਆਂ ਵਾਸਤੇ, ਦੇਖਣ ਵਾਲਿਆਂ ਵਾਸਤੇ, ਨਾ ਦੇਖਣ ਵਾਲਿਆਂ ਵਾਸਤੇ, ਥੈਂਕ ਯੂ ਸੋ ਮਚ ਸਾਰਿਆਂ ਲਈ, ਬਾਏ, ਹੈਪੀ ਦੀਵਾਲੀ, ਹੈਪੀ ਦੀਵਾਲੀ।